ਦੀ ਦੁਨੀਆ ਵਿੱਚ ਧੋਖਾ ਧੜੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਇੱਕ ਹੋਰ ਨਵੇਂ ਖਤਰੇ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਭਾਰਤ ਸਰਕਾਰ ਦੇ ਅਧੀਨ ਇੱਕ ਏਜੰਸੀ ਲਗਾਤਾਰ ਵੈੱਬ ਬ੍ਰਾਊਜ਼ਰਾਂ ਨੂੰ ਲੈ ਕੇ ਅਲਰਟ ਜਾਰੀ ਕਰ ਰਹੀ ਹੈ ਤੇ ਹੁਣ ਇਸ ਹਫ਼ਤੇ ਫਿਰ CERT.IN ਨੇ ਸੁਰੱਖਿਆ ਹੋਰ ਵਧਾਉਣ ਦੇ ਲਈ ਅਲਰਟ ਜਾਰੀ ਕਰ ਦਿੱਤਾ ਹੈ। ਇਸ ਵਾਰ ਇਹ ਮੌਜੂਦਾ ਦੇ ਫਾਇਰਫੌਕਸ ਵੈੱਬ ਬਰਾਊਜ਼ਰ ਨਾਲ ਵੈੱਬ ਬਰਾਊਜ਼ਰ ਦੇ ਵਿੱਚ ਮੌਜੂਦ ਸਮੱਸਿਆਵਾਂ ਦੇ ਕਾਰਨ ਹੈਕਰ ਯੂਜ਼ਰ ਨੂੰ ਨਿਸ਼ਾਨਾ ਬਣਾ ਸਕਦੇ ਨੇ ਜੋ ਕਾਫੀ ਖਤਰਨਾਕ ਹੋ ਸਕਦਾ ਹੈ। ਪਰ ਹੁਣ ਸਵਾਲ ਇਹ ਉੱਠਦਾ ਹੈ ਫਾਇਰਫੌਕਸ ਦੇ ਕਿਹੜੇ ਸੰਸਕਰਨ ਸੁਰੱਖਿਆ ਸਮੱਸਿਆ ਤੋਂ ਪ੍ਰਭਾਵਿਤ ਨੇ ਅਤੇ ਕਿਹੜੇ ਪਲੇਟਫਾਰਮ ਖਤਰੇ ਦੇ ਵਿੱਚ ਹਨ। ਇਸ ਬਾਰੇ ਇਹ ਜਿਹੜੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ 115.5.0 ਤੋਂ ਪਹਿਲਾਂ ਫਾਇਰਫੌਕਸ ESR ਵਰਜ਼ਨ, 120 ਤੋਂ ਪਹਿਲਾਂ ਫਾਇਰਫੌਕਸ IOS ਵਰਜ਼ਨ ਜਾਂ ਫਿਰ 115.5 ਤੋਂ ਪਹਿਲਾਂ ਮੌਜ਼ੀਲਾ ਥੰਡਰਬਰਡ ਵਰਜ਼ਨ ਦੀ ਵਰਤੋਂ ਕਰ ਰਹੇ ਹੋ ਤਾਂ ਸਾਵਧਾਨ ਰਹਿਣ ਦੀ ਸਖ਼ਤ ਜ਼ਰੂਰਤ ਹੈ। ਇੰਟਰਨੈਟ ਦੀ ਦੁਨੀਆ ਵਿੱਚ ਧੋਖਾ ਧੜੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਇੱਕ ਹੋਰ ਨਵੇਂ ਖਤਰੇ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਭਾਰਤ ਸਰਕਾਰ ਦੇ ਅਧੀਨ ਇੱਕ ਏਜੰਸੀ ਲਗਾਤਾਰ ਵੈੱਬ ਬਰਾਊਜ਼ਰਾਂ ਨੂੰ ਲੈ ਕੇ ਅਲਰਟ ਜਾਰੀ ਕਰ ਰਹੀ ਹੈ ਅਤੇ ਹੁਣ ਇਸ ਹਫ਼ਤੇ ਫਿਰ CERT.IN ਨੇ ਸੁਰੱਖਿਆ ਹੋਰ ਵਧਾਉਣ ਦੇ ਲਈ ਅਲਰਟ ਜਾਰੀ ਕਰ ਦਿੱਤਾ ਹੈ। ਇਸ ਵਾਰ ਇਹ ਮੌਜੂਦਾ ਦੇ ਫਾਇਰਫੌਕਸ ਵੈੱਬ ਬਰਾਊਜ਼ਰ ਨਾਲ ਵੈੱਬ ਬਰਾਊਜ਼ਰ ਦੇ ਵਿੱਚ ਮੌਜੂਦ ਸਮੱਸਿਆਵਾਂ ਦੇ ਕਾਰਨ ਹੈਕਰ ਯੂਜ਼ਰ ਨੂੰ ਨਿਸ਼ਾਨਾ ਬਣਾ ਸਕਦੇ ਨੇ ਜੋ ਕਾਫੀ ਖਤਰਨਾਕ ਹੋ ਸਕਦਾ ਹੈ। ਪਰ ਹੁਣ ਸਵਾਲ ਇਹ ਉੱਠਦਾ ਹੈ ਫਾਇਰਫੌਕਸ ਦੇ ਕਿਹੜੇ ਸੰਸਕਰਨ ਸੁਰੱਖਿਆ ਸਮੱਸਿਆ ਤੋਂ ਪ੍ਰਭਾਵਿਤ ਨੇ ਅਤੇ ਕਿਹੜੇ ਪਲੇਟਫਾਰਮ ਖਤਰੇ ਦੇ ਵਿੱਚ ਹਨ। ਇਸ ਬਾਰੇ ਇਹ ਜਿਹੜੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ 115.5.0 ਤੋਂ ਪਹਿਲਾਂ ਫਾਇਰਫੌਕਸ ESR ਵਰਜ਼ਨ, 120 ਤੋਂ ਪਹਿਲਾਂ ਫਾਇਰਫੌਕਸ IOS ਵਰਜ਼ਨ ਜਾਂ ਫਿਰ 115.5 ਤੋਂ ਪਹਿਲਾਂ ਮੌਜ਼ੀਲਾ ਥੰਡਰਬਰਡ ਵਰਜ਼ਨ ਦੀ ਵਰਤੋਂ ਕਰ ਰਹੇ ਹੋ ਤਾਂ ਸਾਵਧਾਨ ਰਹਿਣ ਦੀ ਸਖ਼ਤ ਜ਼ਰੂਰਤ ਹੈ। ਇੰਟਰਨੈਟ ਦੀ ਦੁਨੀਆ ਵਿੱਚ ਧੋਖਾ ਧੜੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਇੱਕ ਹੋਰ ਨਵੇਂ ਖਤਰੇ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਭਾਰਤ ਸਰਕਾਰ ਦੇ ਅਧੀਨ ਇੱਕ ਏਜੰਸੀ ਲਗਾਤਾਰ ਵੈੱਬ ਬਰਾਊਜ਼ਰਾਂ ਨੂੰ ਲੈ ਕੇ ਅਲਰਟ ਜਾਰੀ ਕਰ ਰਹੀ ਹੈ ਅਤੇ ਹੁਣ ਇਸ ਹਫ਼ਤੇ ਫਿਰ CERT.IN ਨੇ ਸੁਰੱਖਿਆ ਹੋਰ ਵਧਾਉਣ ਦੇ ਲਈ ਅਲਰਟ ਜਾਰੀ ਕਰ ਦਿੱਤਾ ਹੈ। ਇਸ ਵਾਰ ਇਹ ਮੌਜੂਦਾ ਦੇ ਫਾਇਰਫੌਕਸ ਵੈੱਬ ਬਰਾਊਜ਼ਰ ਨਾਲ ਵੈੱਬ ਬਰਾਊਜ਼ਰ ਦੇ ਵਿੱਚ ਮੌਜੂਦ ਸਮੱਸਿਆਵਾਂ ਦੇ ਕਾਰਨ ਹੈਕਰ ਯੂਜ਼ਰ ਨੂੰ ਨਿਸ਼ਾਨਾ ਬਣਾ ਸਕਦੇ ਨੇ ਜੋ ਕਾਫੀ ਖਤਰਨਾਕ ਹੋ ਸਕਦਾ ਹੈ। ਪਰ ਹੁਣ ਸਵਾਲ ਇਹ ਉੱਠਦਾ ਹੈ ਫਾਇਰਫੌਕਸ ਦੇ ਕਿਹੜੇ ਸੰਸਕਰਨ ਸੁਰੱਖਿਆ ਸਮੱਸਿਆ ਤੋਂ ਪ੍ਰਭਾਵਿਤ ਨੇ ਅਤੇ ਕਿਹੜੇ ਪਲੇਟਫਾਰਮ ਖਤਰੇ ਦੇ ਵਿੱਚ ਹਨ। ਇਸ ਬਾਰੇ ਇਹ ਜਿਹੜੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ 115.5.0 ਤੋਂ ਪਹਿਲਾਂ ਫਾਇਰਫੌਕਸ ESR ਵਰਜ਼ਨ, 120 ਤੋਂ ਪਹਿਲਾਂ ਫਾਇਰਫੌਕਸ IOS ਵਰਜ਼ਨ ਜਾਂ ਫਿਰ 115.5 ਤੋਂ ਪਹਿਲਾਂ ਮੌਜ਼ੀਲਾ ਥੰਡਰਬਰਡ ਵਰਜ਼ਨ ਦੀ ਵਰਤੋਂ ਕਰ ਰਹੇ ਹੋ ਤਾਂ ਸਾਵਧਾਨ ਰਹਿਣ ਦੀ ਸਖ਼ਤ ਜ਼ਰੂਰਤ ਹੈ।